ठंडा ठंडा पानी लिया, अज गर्मी बहुत पै रही है। चलो शुक्र है रब दा मिल गई। मेनू तो बड़ी भूख लगी हुई है। प्रभ रोटी पक गई है? हां जी मम्मा सब वधिया, तुम सुनाओ सारे ठीक है ना घर? एक मिनट मम्मा जी, मम्मी जी सब्जी बनते 10 मिनट लगने हैं, बाकी सब कुछ तैयार हो गया है। हां जी मम्मा तुसी की बनाया? मैं तो खाए आलू पनीर। आहा दस दे अपनी मां नु सारा कुछ, किन्ने आलू पेंदे, किन्ने प्याज पेंदे आ, इत्थे तक भी लून मिर्च भी दस दे किन्ना का पेना। काम ही कोई नहीं इनकी मामा धीआं नु दोनों नु। मम्मी जी दवाई भी टाइम से ला दिया करो तुसी। हां मैं जावांगी ते सारे टेस्ट करा के जावांगी। फोन की हो गया, ए तो मुसीबत ही बन गई, मैं तो दुखी हुई पई हूं। मम्मी जी मैं घर सारा काम करता है, बाजार चली हूं। किधर चली हूं? मम्मी तो कुछ टेस्ट कराने सी तो उठे चली। नहीं तो तू जो सलाह बनाई ले ये जान दी, तो मैंने पूछना जरूरी है? ठीक है मैं शाम को जल्दी कोशिश करूंगी घर आने की। ठीक है चल कोई गल नहीं, घरों फोन आते रहते ने, इन गल सब्जी होंगी। चाचा कि चाचा परले कमरे बैठा, मेरा चल मैं आना हो गया। ठीक है अपनी मां सुना दी, मां सवेरे सवेरे फोन कर दी है, घर दी निकी निकी गल उठे पचा दी है। ठीक है फिर जल्दी आई। सोहरिया घर धी बन के और पेकिया घर पुत बन के काम करती है।
ਤੁਹਾਨੂੰ ਤੇ ਰੱਬ ਨੇ ਸੁੱਖ ਨਾਲ ਪੁੱਤ ਵੀ ਦਿੱਤਾ ਦੇਖ ਦੇਖ ਵਾਸਤੇ ਉਹਨਾਂ ਦਾ ਭਾਬੀ ਤੁਸੀਂ ਵਾ ਕੌਣ ਹੈ ਮੰਮਾ ਛੱਡੋ ਹੁਣ ਇਹ ਸਾਰੀਆਂ ਗੱਲਾਂ ਮੈਨੂੰ ਤੁਸੀਂ ਇਹ ਦੱਸੋ ਭਾਬੀ ਟਾਈਮ ਸਿਰ ਰੋਟੀ ਵੀ ਦਿੰਦੀ ਤੁਹਾਡੀ ਦੇਖਭਾਲ ਨਹੀਂ ਕਰਦੀ ਪਤ ਇਹ ਗੱਲ ਤੇ ਹੈ ਮੈਨੂੰ ਟਾਈਮ ਸਿਰ ਰੋਟੀ ਵੀ ਦਿੰਦੀ ਹੈ ਤੇ ਘਰ ਦਾ ਸਾਰਾ ਕੰਮ ਵੀ ਸਾਂਭਦੀ ਹੈ ਇਹ ਜਿਹੜੀ ਸਵੇਰੇ ਸਵੇਰੇ ਦੀ ਮਾਂ ਦਾ ਫੋਨ ਆ ਜਾਂਦਾ ਨਾ ਸਾਰੀ ਗੱਲ ਘਰ ਦੀ ਉੱਥੇ ਪਹੁੰਚਾਉਂਦੀ ਹੈ ਅੱਜ ਮੈਂ ਉਹ ਕੀਤਾ ਅੱਜ ਮੈਂ ਇਹ ਕੀਤਾ ਅੱਜ ਮੈਂ ਇਹ ਬਣਾਇਆ ਇਹ ਗੱਲਾਂ ਜੀ ਨੇ ਮੈਨੂੰ ਪਸੰਦ ਮੰਮਾ ਜੀ ਤੁਸੀਂ ਬੁਰਾ ਨਾ ਮਨਾਇਓ ਤੁਸੀਂ ਵੀ ਤਾਂ ਮੈਨੂੰ ਫੋਨ ਕਰਦੇ ਹੋ ਨਾ ਮੈਂ ਵੀ ਆਪਣੇ ਘਰ ਦੀ ਕਦੀ ਕਦੀ ਗੱਲ ਸੁਣਾਉਂਦੀ ਹਾਂ ਤੁਹਾਨੂੰ ਫੇਰ ਵੀ ਤਾਂ ਪੁੱਤ ਮੈਨੂੰ ਨਿੱਜੇ ਕੰਮ ਚੰਗਾ ਮੰਮੀ ਤੁਹਾਨੂੰ ਮਾਣ ਹੋਣਾ ਚਾਹੀਦਾ ਸੀ ਨੂੰ ਤੇ ਇੰਨੀ ਚੰਗੀ ਨੂੰ ਤੁਹਾਨੂੰ ਕਿੱਤਾ ਨਹੀਂ ਮਿਲਣੀ ਪੇਕਿਆਂ ਦਾ ਵੀ ਕਰਦੀ ਹੈ ਤੇ ਸਹੁਰਿਆਂ ਦਾ ਵੀ ਕਰਦੀ ਹੈ ਦੋਨੋਂ ਘਰਾਂ ਦੀ ਜ਼ਿੰਮੇਵਾਰੀ ਕੀਤੀ ਵੀ ਉਹਨਾਂ ਨੇ ਚੰਗੀ ਧੀ ਤੇ ਚੰਗੀ ਨੂੰ ਦੋਨੋਂ ਦਾ ਫਰਜ਼ ਨਿਭਾਉਂਦੇ ਆ ਭਾਬੀ ਜੀ ਮੰਮੀ ਤੁਹਾਨੂੰ ਇੱਕ ਗੱਲ ਕਹਾਂ ਬੁਰਾ ਨਾ ਮਨਾਇਓ ਤੁਸੀਂ ਚੰਗੀ ਮਾਂ ਤੇ ਬਣ ਗਏ ਹੋ ਪਰ ਚੰਗੀ ਸੱਸ ਨਹੀਂ ਬਣ ਸਕੇ ਮੰਮੀ ਤੁਹਾਨੂੰ ਭਾਬੀ ਦੀਆਂ ਅੱਛਾਈਆਂ ਨੇ ਲੱਗੀਆਂ ਬੁਰਾਈਆਂ ਤੁਹਾਨੂੰ ਸਭ ਤੋਂ ਪਹਿਲਾਂ ਲੱਗਦੀਆਂ ਹੁੰਦੀਆਂ ਪੁੱਤ ਗੱਲ ਤਾਂ ਤੇਰੀ ਸਹੀ ਹੈ ਚੰਗੀ ਮਾਂ ਤੇ ਮੈਂ ਬਣ ਗਈ ਇੱਕ ਚੰਗੀ ਸੱਸ ਨਹੀਂ ਮੈਂ ਬਣ ਪਾਈ ਪੁੱਤ ਉਹ ਧੀ ਦਾ ਫਰਜ਼ ਨਿਭਾਉਂਦੀ ਨਹੀਂ ਮੈਂ ਇੱਕ ਮਾਂ ਦਾ ਫਰਜ਼ ਨਹੀਂ ਨਿਭਾ ਪਾਈ ਉਹਦੀ ਸਾਥ ਦੇਣ ਦੀ ਬਜਾਏ ਮੈਨੂੰ ਤਾਨੇ ਮਾਰਦੀ ਰਹੀ ਅੱਜ ਤੋਂ ਮੈਨੂੰ ਆਪਣੀ ਧੀ ਬਣਾ ਕੇ ਰੱਖਾਂਗੀ ਸਤਿ ਸ੍ਰੀ ਅਕਾਲ ਸਾਰਿਆਂ ਦੀ ਸੋ ਇੱਕ ਆਪਾਂ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਵੀਡੀਓ ਰਾਹੀਂ ਮੈਸੇਜ ਦੇਣ ਦੀ ਇੱਕ ਧੀ ਦਾ ਫਰਜ਼ ਵਿਆਹ ਤੋਂ ਬਾਅਦ ਕੀ ਗੱਲ ਸਹੁਰਿਆਂ ਪ੍ਰਤੀ ਹੁੰਦਾ ਮਾਂ ਪਿਓ ਪ੍ਰਤੀ ਨਹੀਂ ਹੁੰਦਾ ਜਿਹਨਾਂ ਨੇ ਉਹਨੂੰ ਪਾਲਿਆ ਪੋਸਿਆ ਇੰਨਾ ਵੱਡਾ ਕੀਤਾ ਇੰਨਾ ਪੜ੍ਹਾਇਆ ਲਿਖਾਇਆ ਕਿ ਉਹਨਾਂ ਦਾ ਉੱਤੇ ਕੋਈ ਹੱਕ ਨਹੀਂ ਜੇ ਹੱਕ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੀਆਂ ਆਉਣ ਵਾਲੀ ਵੀਡੀਓ ਦੇਖਣ ਲਈ ਸਾਡਾ ਚੈਨਲ ਕਵਰ ਡਾਇਮੰਡ ਸਬਸਕ੍ਰਾਈਬ ਕਰ ਲਿਓ